ਸਲੀਮ ਹਾਂ ਜੀ ਬਾਜਾ ਮੱਝਾਂ ਦੀ ਚੁਆਈ ਸੁਆਈ ਹੋ ਰਹੀ ਹੈ ਹਾਂ ਜੀ ਬੜੀ ਟਾਈਮ ਨਾਲ ਚੰਗੇ ਤਰੀਕੇ ਨਾਲ ਹੋ ਰਹੀ ਹੈ ਹਾਂ ਜੀ ਬਾਜਾ ਲੱਗੇ ਹੋਏ ਨੇ ਕੱਢਣ ਤੇ ਕਿੰਨਾ ਵਾਲ ਡੰਗਰ ਹੋ ਗਿਆ ਮਾਸ਼ਾਅੱਲਾ ਹੋ ਗਿਆ ਆਪਣੇ ਕੋਲ ਜੀ 270 ਕਿੰਨਾ 270 270 ਵੈਰੀ ਗੁੱਡ ਤੇ ਤੇਰੇ ਜਵਾਕਾਂ ਦਾ ਕੀ ਹਾਲ ਆ ਸ਼ੁਕਰ ਅਲਹਮਦੁਲਿਲਾ ਜੀ ਤੇ ਟਰੈਕਟਰ ਕਾਹਲੀ ਖੜਾ ਰਿਹਾ ਹੈ ਇਹ ਜੀ ਆ ਰੂਟਾ ਫੇਰਨ ਵਾਸਤੇ ਜਾ ਰਿਹਾ ਹੈ ਅੱਛਾ 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 ਠੀਕ ਹੈ ਸਹੀ ਇਹ ਤੇਲ ਲੈ ਕੇ ਆਉਂਦਾ ਨਾ ਹਾਂਜੀ ਅਤੇ ਤੇਲ ਪਾਓ ਅਤੇ ਉਹ ਜ਼ਮੀਨ ਜਿਹੜੀ ਹੈਗੀ ਨਾ ਉਹਨੂੰ ਵਾਹ ਵਾਹ ਹੈ ਠੀਕ ਹੋ ਗਿਆ ਚੌਰੀ ਸਾਹਿਬ ਆਏ ਹੁਣ ਫੌਰੀ ਤੌਰ 'ਤੇ ਕਰੋ ਵੈਰੀ ਗੁੱਡ ਚੱਲ ਹੁਣ ਤੂੰ ਜਾ ਕੇ ਨਾ ਦੁੱਧ ਦੁੱਧ ਚਵਾ ਠੀਕ ਹੋ ਗਿਆ ਰਾਣਾ ਸਾਹਿਬ ਹਾਂ ਠੀਕ ਹੈ ਅਤੇ ਗੱਲ ਸੁਣ ਹਾਂਜੀ ਹਾਂਜੀ ਚੌਰੀ ਸਾਹਿਬ ਕੋਈ ਟੁੱਕਰ ਦਾ ਇੰਤਜ਼ਾਮਾਤ ਕਰ ਠੀਕ ਹੋ ਗਿਆ ਜੀ ਚੌਰੀ ਸਾਹਿਬ ਮਹਿਮਾਨ ਆ ਰਹੇ ਆ ਹਵੇ ਅਤੇ ਸ਼ਹਿਰੋਂ ਆ ਰਹੇ ਮਹਿਮਾਨ ਹਾਂਜੀ ਚੌਰੀ ਸਾਹਿਬ ਅਤੇ ਕੋਈ ਛੋਟਾ ਗੋਸ਼ ਕੁੱਕੜ ਹੈ ਹਾਂਜੀ ਢਾ ਲੈਂਦੇ ਜਾ ਕੇ ਚਦਰਾਣੀ ਨੂੰ ਕਹਿ ਠੀਕ ਹੋ ਗਿਆ ਚੌਰੀ ਸਾਹਿਬ ਹਾਂ ਬਸ ਨਾ ਕੋਈ ਬਾਤ ਅਸਲਾਮ ਵਾਲੇਕਮ ਜੀ ਖਾਨ ਸਾਹਿਬ ਹਾਂਜੀ ਹਾਂਜੀ ਖਾਨ ਸਾਹਿਬ ਦਰਾਰੇ ਖਾਨ ਸਾਹਿਬ ਬੋਲ ਰਹੇ ਜੀ ਉਹ ਖਾਨ ਸਾਹਿਬ ਤੁਸੀਂ ਮੈਨੂੰ ਪਛਾਣਿਆ ਹੀ ਨਹੀਂ ਉਹ ਜਿਸ ਦਿਨ ਸ਼ਾਦੀ ਸੀ ਮੈਂ ਹੀ ਤਾਂ 500 ਦੇ ਨੋਟ ਲਟਾ ਰਿਹਾ ਸੀਗਾ ਲਓ ਦੱਸੋ ਪਛਾਣਿਆ ਜੇ ਅੱਛਾ 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 ਹਾਂਜੀ 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 ਉਹ ਮੈਂ ਹੀ ਸਾਰੇ ਪੈਸੇ ਸਿੱਟੇ ਜੀ 500 ਦੇ ਨੋਟ ਸਿੱਟੇ ਸੀ ਮੈਨੂੰ ਤੁਸੀਂ ਮੈਂ ਤਾਂ ਤੁਹਾਡਾ ਬੜਾ ਵੱਡਾ ਫੈਨ ਆ ਤੁਹਾਡਾ ਬਹੁਤ ਜ਼ਿਆਦਾ ਹਾਂਜੀ 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 ਚਲੋ ਸ਼ੁਕਰ ਹੈ ਤੁਸੀਂ ਮੈਨੂੰ ਪਛਾਣ ਲਿਆ ਹਾਂਜੀ ਚੌੜੀ ਮੁਨੱਬਰ ਬੋਲ ਰਿਹਾ ਹਾਂਜੀ ਹਾਂ ਅਤੇ ਮੈਂ ਉਹ ਉੱਧਰ ਭੁੱਲ ਗਿਆ ਸੀਗਾ ਅਤੇ ਮੱਝ ਹਜੇ ਤਾਜ਼ਾ ਹੀ ਸੂਈ ਹੈ ਅਤੇ ਅਸੀਂ ਬੋਲੀ ਖਾ ਰਹੇ ਸੀ ਨਾਲ ਉਹਦੇ ਕੱਟਾ ਵੀ ਆ ਤੁਹਾਨੂੰ ਮੈਂ ਤੋਹਫਾ ਦੇਣਾ ਜੇ ਉੱਦਨ ਦਾ ਹਾਂ ਹਾਂਜੀ ਹਾਂਜੀ ਹਾਂ ਹਾਂ ਬਿਲਕੁਲ ਬਿਲਕੁਲ ਬਿਹਤਰ ਹਾਂ ਠੀਕ ਹੈ ਆ ਰਹੇ ਤੁਸੀਂ ਖਾ ਸਾਹਿਬ ਬਿਹਤਰ ਠੀਕ ਹੈ ਮੈਂ ਤੁਹਾਡਾ ਇੰਤਜ਼ਾਰ ਹੀ ਕਰ ਰਿਹਾ ਹੁਣ ਸਮਝੋ ਹਾਂ ਮੈਂ ਡੇਰੇ 'ਤੇ ਬੈਠਾ ਹਾਂ ਜਿੱਥੋਂ ਮਰਜ਼ੀ 76 ਪੁੱਛੋ 75 ਤੋਂ ਵੀ ਪੁੱਛ ਲਈਓ ਹਾਂਜੀ ਰਾੜੇ ਮੁਨੱਬਰ ਨੂੰ ਸਾਰਾ ਜ਼ਮਾਨਾ ਜਾਣਦਾ ਜੀ ਠੀਕ ਹੋ ਜੀ ਜਿਹਨੂੰ ਮਰਜ਼ੀ ਪੁੱਛ ਲਓ ਠੀਕ ਹੈ ਚਲੋ ਫਿਰ ਠੀਕ ਹੈ ਆ ਜਾਓ ਮੈਂ ਡੇਰੇ 'ਤੇ ਹੀ ਹਾਂ ਹਾਂਜੀ ਹਾਂ ਆ ਜਾਓ ਫਿਰ ਠੀਕ ਹੋ ਗਿਆ ਇੱਥੇ ਕਿਤੇ ਡੇਰਾ ਦੱਸਿਆ ਸੀ ਉਹਨਾਂ ਨੇ ਮੇਰਾ ਖਿਆਲ ਕਹਿੰਦਾ ਉਹ ਡੇਰਾ ਆ ਜਿੱਥੇ ਗਾ ਕੇ ਗਏ ਆ ਉੱਧਰ ਕੀ ਜਾਣਾ ਆਹ ਹੀ ਲੱਗਦਾ ਹੈ ਉਹ ਲੱਗਦਾ ਚੌਰੀ ਸਾਹਿਬ ਕਿਤੇ ਨਾ ਚੌਰੀ ਸਾਹਿਬ ਲੱਗਦਾ ਲੰਮੇ ਪਏ ਆ ਅਸਲਾਮ ਵਾਲੇਕਮ ਚੌਰੀ ਸਾਹਿਬ ਜੀ ਬਿਸਮਿਲਾ ਧੰਨ ਭਾਗ ਜੀ ਚੌਰੀ ਸਾਹਿਬ ਜੀ ਚੌਰੀ ਸਾਹਿਬ ਸਲਾਮ ਚੌਰੀ ਸਾਹਿਬ ਮੈਂ ਤਾਂ ਤੁਹਾਡੇ ਇੱਕ ਫੋਨ 'ਤੇ ਚੌਰੀ ਸਾਹਿਬ ਆ ਗਿਆ ਹਾਲਾਂਕਿ ਨਾ ਮੈਂ ਜਾਣਾ ਸੀ ਬਹੁਤ ਜ਼ਰੂਰੀ ਫੰਕਸ਼ਨ 'ਤੇ ਲੇਕਿਨ ਮੈਂ ਹਜ਼ੂਰ ਤੁਹਾਡਾ ਫੋਨ ਸੁਣਿਆ ਅਤੇ ਮੈਂ ਕਿਹਾ ਚੌਰੀ ਸਾਹਿਬ ਨੂੰ ਸਲਾਮ ਕਰ ਆਉਂਦੇ ਹਾਂ ਆਹ ਮੱਝ ਲੱਗਦੀ ਜਿਹੜੀ ਮੈਨੂੰ ਦੇਣੀ ਆ ਹਾਂ ਮੈਂ ਕਹਿੰਦਾ ਜਰਾ ਚੌਰੀ ਸਾਹਿਬ ਨੂੰ ਉਹ ਦੂਰੋਂ ਹੀ ਮੈਨੂੰ ਵੇਖ ਕੇ ਨਾ ਉਹਨੂੰ ਇੰਜ ਲੱਗਦਾ ਵੀ ਜਿਵੇਂ ਨਾ ਲੈ ਜਾਣੀ ਹੈ ਠਹਿਰ ਜਾ ਜ਼ਰਾ ਚੌਰੀ ਸਾਹਿਬ
चौरी साहब थोड़ी मुहब्बत का शुक्रिया कि असी आए शादी से माशाल्लाह तुसीं तां पैसे ही ना इंज दिते मन मीह तरह पैसे दिते है हाँ अल्लाह थोड़ी हयातियाँ करे तो असी थोड़े एक फोन देना फौरी असी क्या चौरी साहब बुलाते हैं तो हो के आईए हाँ मजा लगता चौरी साहब चौरी साहब चौरी साहब है चौरी जी ये चौरी साहब अल्लाह खैर ही करे चौरी साहब असी तो तुसी हजूर एक फोन किया असी क्या नहीं भी चौरी साहब ने याद किया सानू तो मेहरबानी है तो ख्याल आ गया साढ़े जे बंदियां दा मज वो भी ठीक है शुक्र आ धन भाग चौरी दे चलो ऐसी दुनिया भी मालक ने पैदा की है जिहड़े साढ़े अर्गे माड़े बंदे का ख्याल करते हैं हाय 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 निगर माजा मन उतो वड्डी बच्ची दे दिन रखे आ मालक ने एक सबब बनाता मज बनांगे बाजार दे दुध पी पी के तो बुरा हाल हो गया है हुण ये भी मज होएगी घर रज रज दुध पीणगे वाह मौला की रहम पाया चौधरी दे दिल चौरी साहब ये चौरी जी है चौरी चौरी साहब एक फोन से दलारे खां आ गया थोड़े को है चौरी साहब ये चौरी जी है चौरी वेख ले को नवा ही कम ना पा दी चौरी चौरी साहब आ दुलारे खां आ गया आ चौरी है मज दे जानी सी कोई ऐसा काम आता चौरी ए चौरी साहब बंदा भी कोई नहीं है चौधरी ने मेरे पै जाए चौरी मैं कह जी साढ़े हवाले कर गए कि सौ सू जाते हैं देखी कि चौरी काम ही ना लवा दी मैनू चौरी दुलारे खां आया चौरी साहब मैं कला ही है कि ना हो चौरी जी और निकलो कि दुलारे खां चौधरी नूं कम लग गया है हेलो एक मिनट भरावा की होया की एक मिनट उरे चौरी मनावर ओए की खिलाता तू ओनू कुछ भी नहीं भाजी मैं तो वैसे आया ही हां एक मिनट यार ओ मेरे सामने तू ऐ कुछ करा सगाया हजूर मैं तो अजी आया ही हां मेनू चौरी साहब ने किया सी फोन ठीक है कि नहीं पिछले दिनों जी मैं गा के गया सी तू गा के गया के दुलारे खां मेरा नाम है जी ते मैं तेरा जो भी ना तू मेरे सामने ओदा निजाम कराया उनको संघाया तू ओ देखो सान नहीं हजूर असी की ਉਹ ਉਹਦਾ ਸਭ ਕੁਝ ਬੰਦ ਕਰਤਾ ਹੀ ਨਹੀਂ ਹਜ਼ੂਰ ਮੈਂ ਨਹੀਂ ਕੀਤਾ ਹੈਗਾ ਉਹ ਤੂੰ ਹੈ ਕੌਣ ਮੈਂ ਖਾਨ ਸਾਹਿਬ ਆ ਮੈਨੂੰ ਤਾਂ ਇਹਨਾਂ ਨੇ ਬੁਲਾਇਆ ਸੀ ਆ ਪਿਛਲੇ ਦਿਨ ਸ਼ਾਦੀ ਨਹੀਂ ਸੀ ਹੋਈ ਉਦੋਂ ਮੈਂ ਗਾ ਕੇ ਗਿਆ ਜੀ ਇੱਥੇ ਤੂੰ ਗਾ ਕੇ ਗਿਆ ਉਹ ਚੌਰੀ ਸਾਹਿਬ ਨੇ ਮੈਨੂੰ ਫੋਨ ਕੀਤਾ ਤੇ ਮੈਂ ਆ ਗਿਆ ਜੀ ਮੈਨੂੰ ਲੱਗਦਾ ਤੂੰ ਫਰਿਸ਼ਤਾ ਬਣ ਕੇ ਆ ਗਿਆ ਉਹਦੀ ਜਾਨ ਨਿਕਲੀ ਪਈ ਆ ਨਹੀਂ ਨਹੀਂ ਹਜ਼ੂਰ ਮੈਂ ਕੀ ਕਰਨਾ ਕਿਸੇ ਨੂੰ ਉਹ ਗੱਲ ਸੁਣ ਇੱਕ ਮਿੰਟ ਇੱਥੇ ਬਹਿ ਜਰਾ ਇੱਕ ਮਿੰਟ ਇੱਥੇ ਬਹਿ ਜਰਾ ਕੀ ਨਾਂ ਤੇਰਾ ਮੇਰਾ ਨਾਮ ਦੁਲਾਰੇ ਖਾਨ ਜੀ ਦੁਲਾਰੇ ਖਾਨ ਤੂੰ ਕੀ ਕੀਤਾ ਕੀ ਚੌਰੀ ਨੂੰ ਭਾਜੀ ਮੈਂ ਤਾਂ ਕੁਝ ਨਹੀਂ ਕੀਤਾ ਮੇਰੇ ਸਾਹਮਣੇ ਤੂੰ ਕੀਤਾ ਮੈਂ ਉੱਥੋਂ ਬਣਿਆ ਅੰਦਰ ਤੂੰ ਉਹਨੂੰ ਕੋ ਸੰਘਾਉਣ ਡਿਆ ਸੀ ਨਹੀਂ ਹਜ਼ੂਰ ਮੈਂ ਆਇਆ ਆ ਚੌਰੀ ਸਾਹਿਬ ਨੇ ਮੈਨੂੰ ਕੀਤਾ ਸੀ ਫੋਨ ਅਭੀ ਮੈਨੂੰ ਆ ਕੇ ਮਾਰ ਜਾ ਨਹੀਂ ਨਹੀਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਗਾ ਗਏ ਚੌਰੀ ਸਾਹਿਬ ਨੂੰ ਕਿਤੇ ਗਾਣਾ ਸਾਡਾ ਅੱਛਾ ਲੱਗਾ ਉਹ ਵਿਆਹ ਤੇ ਤੂੰ ਗਾਇਆ ਸੀ ਹਾਂਜੀ ਹਾਂਜੀ ਅੱਛਾ ਤੇ ਫੇ ਤੇ ਉਹ ਚੌਰੀ ਸਾਹਿਬ ਨੇ ਕਿਹਾ ਆ ਜਾ ਯਾਰ ਤੈਨੂੰ ਇਨਾਮ ਦਈਏ ਤੇ ਉਹ ਮੱਝ ਮੁੱਝ ਮੈਨੂੰ ਦੇਣੀ ਸੀ ਚੌਰੀ ਸਾਹਿਬ ਨੇ ਮੈਨੂੰ ਫੋਨ ਕੀਤਾ ਉਹ ਮੈਂ ਆ ਕੇ ਜਗਾਇਆ ਤੇ ਚੌਰੀ ਸਾਹਿਬ ਜਾਗਣ ਹੀ ਨਹੀਂ ਲੈ ਉਹ ਤੂੰ ਮੱਝ ਲੈਣੀ ਸੀ ਤੇ ਉਹਦੀ ਜਾਨ ਵੀ ਲੈ ਗਿਆ ਜਾਨ ਮੈਂ ਭਾਜੀ ਕਿਹੜੀ ਜੇਬ 'ਚ ਪਾ ਲਈ ਆ ਵੀ ਨਜ਼ਰ ਆਉਣ ਡਈ ਆ ਜਾਨ ਤਾਂ ਉਹਦੇ ਵਿੱਚ ਹੀ ਮੈਂ ਤਾਂ ਅੱਗੇ ਉਹਨਾਂ ਨੂੰ ਠਾ ਲਿਆ ਭਾਜੀ ਮੈਨੂੰ ਲੱਗਦਾ ਤੂੰ ਸਾਰੀਆਂ ਮਈਆਂ ਤੇ ਕਬਜ਼ਾ ਕਰਨਾ ਚਾਹੁੰਦਾ ਨਹੀਂ ਕਬਜ਼ਾ ਕਰੇ ਭਾਜੀ ਕਰ ਲਿਆ ਅੱਲਾ ਮਾਫੀ ਦੇ ਫੇ ਮੈਂ ਕਿਉਂ ਕਰਨਾ ਤੇ ਚੌਰੀ ਸਾਹਿਬ ਨੇ ਮੈਨੂੰ ਬੁਲਾਇਆ ਨਹੀਂ ਬੁਲਾਇਆ ਤੇ ਤੈਨੂੰ ਸੀ ਤੂੰ ਤਾਂ ਫਰਿਸ਼ਤਾ ਬਣ ਕੇ ਆ ਗਿਆ ਉਹਦਾ ਸਾਹ ਵੀ ਲੈ ਗਿਆ ਨਾ ਨਹੀਂ ਯਾਰ ਸਾਹ ਮੈਂ ਕਿਤੇ ਸਾਈਕਲ ਤੇ ਰੱਖ ਲਿਆ ਸ਼ਹਿਰ ਜਾ ਕੇ ਰੱਖ ਮੈਂ ਝੋਲੇ 'ਚ ਪਾ ਲਿਆ ਉਹਦੇ ਸਾਹ ਉਹ ਤੂੰ ਤਾਂ ਪੂਰਾ ਕੰਮ ਹੀ ਕਰਤਾ ਉਹ ਜ਼ਾਲਮਾ ਯਾਰ ਮੈਂ
ਮੈਂ ਵੀਰੇ ਕੁਛ ਨਹੀਂ ਕੀਤਾ ਹੈਗਾ। ਸਭ ਕੁਛ ਕੀਤਾ ਬਾਈ। ਨਹੀਂ ਨਹੀਂ ਮੈਂ ਕੁਛ ਨਹੀਂ ਕੀਤਾ। ਤੇ ਹੋਰ ਕਿਹਨੇ ਕੀਤਾ ਵਾ? ਮੇਰੇ ਸਾਹਮਣੇ ਤੂੰ ਕੀਤਾ ਵਾ। ਮੈਨੂੰ ਤਾਂ ਫੋਨ ਕੀਤਾ, ਮੈਂ ਆਇਆ ਆ ਜੀ। ਆ ਕੇ ਮੈਂ ਚੌਰੀ ਸਾਹਿਬ ਨੂੰ ਹਿਲਾਇਆ ਤੇ ਉਹ ਅਗੋ ਉੱਠੇ ਨਹੀਂ ਹੈ। ਇਹ ਉੱਠੇ ਤਾਂ ਸੀਗੇ, ਮੈਂ ਹਲੇ ਕੱਲ ਮਿਲਿਆ ਨੂੰ। ਤੰਦਰੁਸਤ ਵਾ, ਚੰਗਾ ਭਲਾ ਉਹ। ਮੈਨੂੰ ਫੋਨ ਕੀਤਾ ਹੈ ਜੀ, ਉਹਨੇ ਮੈਨੂੰ ਵੀ ਤੰਦਰੁਸਤ ਜੀ ਕੀਤਾ ਜੀ। ਫੋਨ ਨਹੀਂ ਕੀਤਾ, ਤੂੰ ਉਹਦਾ ਹਿਸਾਬ ਕੀਤਾ ਮੇਰੇ ਸਾਹਮਣੇ। ਮੈਂ ਉੱਥੇ ਬੈਠਣ ਦਿਆ ਸੀ। ਕੀਤਾ ਉਹਨੇ ਕਿ ਦਲਾਰੇ ਖਾਨ ਤੂੰ ਬਹੁਤ ਅੱਛਾ ਗਾਇਆ ਤੇ ਆ ਜਾ ਤੈਨੂੰ ਇਨਾਮ ਦਈਏ। ਮੈਂ ਹਜ਼ੂਰ ਆਪਣਾ ਫੰਕਸ਼ਨ ਛੱਡ ਕੇ ਨਾ ਇਨਾਮ ਲੈਣ ਆਇਆ। ਇਨਾਮ ਲੈਣ ਆਇਆ? ਉਹ ਤੂੰ ਉਹਦੀ ਜਾਨ ਲੈਣ ਆਇਆ? ਨਹੀਂ ਨਹੀਂ ਨਹੀਂ, ਮੈਂ ਜਾਨ ਲੈਣ ਨਹੀਂ ਆਇਆ। ਮੈਂ ਕਰਾਉਣਾ ਲਾਜ ਨਹੀਂ, ਅਸੀਂ ਉਹ ਬੰਦੇ ਨਹੀਂ ਹੈ। ਤੂੰ ਹੀ ਕਿਹੜੇ ਬੰਦੇ? ਅਸੀਂ ਤਾਂ ਗਾਉਣ ਵਜਾਉਣ ਵਾਲੇ ਖਾਨ ਸਾਹਿਬ ਲੋਕ ਆ ਜੀ। ਅਸੀਂ ਤਾਂ ਇਦਾਂ ਦਾ ਕੰਮ ਜ਼ਿੰਦਗੀ 'ਚ ਨਹੀਂ ਕੀਤਾ। ਤੁਸੀਂ ਗਾਉਣ ਵਜਾਉਣ ਵਾਲੇ ਨਹੀਂ, ਤੁਸੀਂ ਜਾਗਦੇ ਨੂੰ ਸਮਾਉਣ ਵਾਲੇ ਆ। ਆਹ ਦੇਖ, ਚੰਗਾ ਭਲਾ ਹੀ ਜਿਹਨੂੰ। ਨਹੀਂ ਹਜ਼ੂਰ, ਮੈਂ ਇੱਕ ਮਿੰਟ ਬਹਿ, ਤੂੰ ਇੱਥੇ ਬਹਿ ਇੱਥੇ। ਮੈਨੂੰ ਪਤਾ ਜਿਹੜਾ ਤੂੰ ਕੰਮ ਕੀਤਾ, ਮੈਨੂੰ ਸਾਰਾ ਹੀ ਪਤਾ ਵਾ। ਤੂੰ ਇੱਥੇ ਕਬਜ਼ਾ ਕਰਨਾ ਚਾਹੁੰਦਾ ਵੀ ਚੌੜੀ ਨੂੰ ਮਾਰ ਕੇ? ਕਬਜ਼ਾ ਕਰਨਾ? ਮੇਰੇ ਨਾਲ 22 ਬੰਦੇ ਆਏ ਆ, ਇਕੱਲਾ ਬੰਦਾ ਕਬਜ਼ਾ ਕਰਦਾ ਹੁੰਦਾ? ਇਕੱਲੇ ਬੰਦੇ? ਅਸੀਂ ਖਾਨ ਸਾਹਿਬ ਲੋਕ ਆ, ਅਸੀਂ ਤਾਂ ਵੈਸੇ ਕਬਜ਼ਾ ਦਰਵਾਜ਼ੇ ਦਾ ਨਹੀਂ ਲੈ ਸਕਦੇ ਜੀ। ਅਲੱਗ 25-30 ਰੁਪਏ ਦਾ ਆਉਂਦਾ, ਉਹ ਨਹੀਂ ਲੈ ਸਕਦੇ। ਇੱਥੇ 250 ਡੰਗਰ ਜਿਹੜਾ ਬੰਨਿਆ, ਤੇਰੀ ਨੀਅਤ ਹੋ ਗਈ ਹੈ ਬਈ? ਮਾਲਕ ਚੌਰੀ ਸਾਹਿਬ ਨੂੰ 500 ਦੇਵੇ ਜੀ। 500 ਦੀ ਕਿਹੜੀ ਗੱਲ ਆ ਜੀ, ਮੈਂ ਨਹੀਂ ਕੀਤਾ। ਤੂੰ ਲੱਗਦਾ ਕੋਈ ਚੋਰੀ ਨੂੰ ਸ਼ੈ ਖਿਲਾਤੀ ਆ। ਤਲਾਸ਼ੀ ਦੇ ਰੱਖ ਮਿੰਟ ਭਾਜੀ। ਨਹੀਂ ਕੁਛ ਨਹੀਂ, ਖੜਾ ਹੋ ਰੱਖ ਮਿੰਟ ਭਾਜੀ। ਕੁਛ ਨਹੀਂ ਖਿਲਾਇਆ ਹੈਗਾ। ਹੈਂ? ਕੁਛ ਨਹੀਂ ਖਿਲਾਇਆ। ਆਹ ਕੀ ਹੈ? ਇਹ ਭਾਜੀ ਦਵਾਈ ਹੈ ਮੇਰੀ। ਤਜੇਬ ਖਾਲੀ ਹੈ? ਕਾਹਦੀ ਦਵਾਈ ਹੈ? ਤੇ ਤਜੇਬ ਵੀ ਖਾਲੀ? ਮੈਂ ਉਹ ਵਿੱਚ ਬੈਗ 'ਚ ਰੱਖਤੀ ਸੀ। ਬੈਗ ਵੀ ਨਾਲ ਲੈ ਕੇ? ਹਾਂਜੀ। ਕਿਤੇ ਇੱਥੇ ਸਾਲ ਰਹਿਣਾ ਸੀ ਤੂੰ, ਬੈਗ ਵੀ ਨਾਲ ਲੈ? ਨਹੀਂ ਭਾਜੀ, ਉਹਦੇ ਵਿੱਚ ਹੁੰਦੇ ਕੋਈ ਕਾਗਜ਼ਾਤ? ਹੁੰਦੇ ਕਾਗਜ਼ਾਤ ਨਹੀਂ, ਉਹ 'ਚ ਵੀ ਤੂੰ ਕੋਈ ਮੰਤਰ ਰੱਖਿਆ ਹੋਣਾ। ਆ ਵੀ ਜੇਬ ਵਿਖਾ। ਨਹੀਂ ਭਾਜੀ, ਹੈਗੇ ਨਹੀਂ ਇੱਧਰ। ਜੇਬ ਹੀ ਨਹੀਂ ਲਵਾਈ? ਹਾਂ। ਇਹਦਾ ਮਤਲਬ ਤੂੰ ਇੱਕ ਜੇਬ ਨਾਲ ਕੰਮ ਕਰ ਦੇਣਾ ਬੰਦੇ ਦਾ? ਭਾਜੀ ਨਹੀਂ, ਅਸੀਂ ਉਹ ਲੋਕ ਨਹੀਂ ਹੈਗੇ। ਮੈਨੂੰ ਪਤਾ ਤੁਸੀਂ ਜਿਹੜੇ ਅਸੀਂ ਤੇ ਆਏ ਆ ਹਜ਼ੂਰ, ਅਸੀਂ ਤਾਂ ਪਤਾ ਲੈਣ ਚੌਰੀ ਸਾਹਿਬ ਨੇ ਬੁਲਾਇਆ ਤੇ ਅਸੀਂ ਆ ਗਏ। ਮੈਨੂੰ ਤੇਰਾ ਚਿਹਰਾ ਦੱਸਣ ਡਿਆ, ਤੂੰ ਮੰਤਰ ਲਾਇਆ ਚੌਰੀ ਸਾਹਿਬ? ਨਹੀਂ ਭਾਜੀ, ਕੋਈ ਮੰਤਰ ਨਹੀਂ ਲਾਇਆ। ਉਹ ਭਲਿਆ, ਹਲੇ ਕੱਲ ਚੰਗਾ ਭਲਾ ਸੀ ਓਏ। ਤੂੰ ਲੱਗਦਾ ਉਹਦਾ ਮਕਾਮ ਕਰਾਤਾ। ਭਾਜੀ ਮੈਨੂੰ ਵੀ ਫੋਨ ਉਹਨਾਂ ਨੇ ਕੀਤਾ ਸੀ ਚੌਰੀ ਸਾਹਿਬ ਨੇ। ਲੱਗ ਜਾਂਦਾ ਪਤਾ? ਮੈਂ ਨਹੀਂ ਕਿ ਮੈਂ ਕਹਿੰਦਾ ਲੱਗ ਜਾਂਦਾ ਪਤਾ ਵੀ ਫੋਨ ਤੂੰ ਕੀਤਾ। ਮੈਨੂੰ ਤੇ ਆਪ ਇੰਨਾ ਦੁੱਖ ਹੋਇਆ ਉਹਨਾਂ ਦਾ ਵੀ ਉਹਨਾਂ ਨੇ ਇਨਾਮ ਵੀ ਦੇਣਾ ਸੀ ਚੌਰੀ ਸਾਹਿਬ ਨੇ ਮੈਨੂੰ, ਤੇ ਉਹ ਬੋਲਣ ਹੀ ਨਹੀਂ ਲਏ ਹੈਗੇ। ਤੈਨੂੰ ਕਾਹਦਾ ਨਾਮ ਦੇਣਾ ਸੀ? ਨਹੀਂ ਭਾਜੀ, ਮੈਂ ਮੈਨੂੰ ਕਹਿੰਦਾ ਤੂੰ ਬਹੁਤ ਚੰਗਾ ਗਾ ਕੇ ਗਿਆ ਪਿਛਲੇ ਦਿਨਾਂ ਦੇ। ਉਹਨੂੰ ਤਾਂ ਗਾਣੇ ਦੀ ਸਮਝ ਹੀ ਹੈ ਨਹੀਂ, ਤੂੰ ਝੂਠ ਬੋਲਣ ਡਿਆ। ਨਹੀਂ ਜੀ, ਗਾਣੇ ਦੀ ਇੱਕ ਅੱਧੇ ਦੀ ਤਾਈ ਹੋਏਗੀ ਜਿਹੜਾ ਉਹਨੇ ਮੈਨੂੰ ਕਿਹਾ ਮੱਝ ਲੈ ਜਾ ਕੇ, ਇੱਕ ਅੱਧੇ ਗਾਣੇ ਦੀ ਤਾਂ ਸਮਝ ਆਈ ਹੋਏਗੀ। ਉਹ ਤੂੰ ਚੌਰੀ ਨੂੰ ਸਵਾਤਾ, ਉਹ ਤੂੰ ਚੌਰੀ ਦਾ ਕਾਤਲ, ਤੇ ਪੱਕੀ 302 ਪੈ ਗਈ। ਭਾਜੀ ਚੌਰੀ ਨੂੰ ਮੇਰੀ ਬੈਟਰੀ ਨੂੰ ਸੁੱਤਾ ਆ, ਉਹ ਆਪਣੇ ਡੇਰੇ ਤੇ ਭਾਜੀ ਸੁੱਤਾ ਆ। ਤੈਨੂੰ ਮੈਂ ਬੰਨਣਾ ਉਹਦੇ ਨਾਲ, ਉਹ ਜਿਹੜਾ ਟਰੈਕਟਰ ਖਲੋਤਾ ਪਿੱਛੇ। ਲੈ ਬੰਨਣਾ ਬੱਕਰਾ ਆ, ਮੈਂ ਮੈਨੂੰ ਬੰਨਣਾ ਤੇ ਤੈਨੂੰ ਮੈਂ ਘੜੀਸਣਾ ਪੂਰੇ ਪਿੰਡ 'ਚ। ਘੜੀਸਣਾ ਕਾਹਦੇ ਯਾਰ, ਕੀ ਗੱਲ ਆ? ਤੂੰ ਚੌਰੀ ਦੀ ਜਾਨ ਲੈ ਲਈ ਆ? ਲੈ ਜਾਨ ਲੈ ਲਈ ਆ, ਇੱਥੇ ਕਤਲ ਬਣਦਾ ਪੂਰਾ। ਦੇਖੀ ਤੈਨੂੰ ਪੁਲਿਸ ਘੜੀਸੂਗੀ? ਲੈ ਮੈਨੂੰ ਕੋਈ ਘੜੀਸੇਗੀ? ਜੇਲ੍ਹ 'ਚ ਸਾਰੀ ਜ਼ਿੰਦਗੀ ਸੜੇਗਾ, ਮੋਟੀ ਦਾਲ ਖਾਏਗਾ ਜੇਲ੍ਹ 'ਚ ਤੂੰ। ਮੋਟੀ ਦਾਲ ਖਾਏਗਾ? ਮੈਂ ਤਾਂ ਭਾਜੀ ਉਹਨਾਂ ਨੂੰ ਮਿਲਣ ਆਇਆ, ਮੈਨੂੰ ਕੀ ਪਤਾ ਉਹਨਾਂ ਦੇ ਆਖਰੀ ਸਾਹ। ਮੈਨੂੰ ਪਤਾ ਹੁੰਦਾ ਮੈਂ ਘਰੋਂ ਨਹੀਂ ਸੀ ਟੁਰਨਾ। ਤੇ ਤੂੰ ਉਹਦੇ ਸਾਹ ਮੁਕਾਉਣ ਆਇਆ ਸੀ? ਮੁਕਾ ਭਾਜੀ, ਮੈਂ ਉਹਨਾਂ ਦੇ ਗਲ ਦੇ ਉੱਤੇ ਪੈਰ ਰੱਖ ਦਿੱਤਾ ਆ, ਮੈਂ ਤਾਂ ਆ ਕੇ ਸਲਾਮ ਕੀਤਾ ਉਹਨਾਂ ਨੂੰ। ਮੈਨੂੰ ਕੀ ਪਤਾ ਉਹਨਾਂ ਨੇ ਬੋਲਣਾ ਹੀ ਨਹੀਂ ਹੈਗਾ। ਤੈਨੂੰ ਲੱਗ ਜੂਗਾ ਪਤਾ ਜਦੋਂ ਪੁਲਿਸ ਨੇ ਲਾਇਆ ਤੇਰੇ ਪਾਂਜਾ ਮੂਧਾ ਲਾ। ਪਾਂਜਾ ਮੇਰੇ ਕਾਹਦੇ? ਚੋਰੀ ਤੇ ਲਾਉਣ ਜਿਹੜਾ ਮੈਨੂੰ ਫਸਾ ਕੇ ਚਲ ਗਿਆ। ਜਿਹਨੇ ਕੋਈ ਮਰੇ ਦੇ ਪਾਂਜਾ ਲਾ, ਮਰੇ ਦੇ ਲਾਵੇ? ਮਰੇ ਨੂੰ ਕਿਹੜਾ ਸੱਟ ਲੱਗਣੀ ਆ? ਭਾਵੇਂ 10 ਮਾਰ ਲਓ ਉਹਨੂੰ। ਯਾਨੀ ਕਿ ਮੈਂ ਮਈਅਤ ਦੇ 10 ਮਰਵਾ? ਆ ਮਾਰੇ ਨੂੰ ਪਤਾ ਲੱਗੇ। ਕੋਈ ਸ਼ਰਮ ਕਰ, ਕਿਸੇ ਕਿੱਦਾਂ ਕਿਸੇ ਨੂੰ ਕੱਟਾ ਰਿਹਾ, ਕੱਟਾ ਲੈ ਜਾ, ਉਹਨੇ ਸਾਹ ਤਾਂ ਰੱਖ ਕੱਟਾ ਦੇਣ ਜੋਗੇ। ਦੇਖੀ ਤੇਰਾ ਜੇਲ੍ਹ 'ਚ ਤੂੰ ਚੱਕੀ ਪੀਸਦਾ, ਤੈਨੂੰ ਲੱਗੂਗਾ ਪਤਾ। ਚੱਕੀ ਕਾਹਦੇ ਪੀਸਣੀ? ਜ਼ਿਲ੍ਹਾ ਦੀ ਚੱਕੀ ਆ ਉਹ ਪੀਸਣ, ਉਹ ਮਾਮੇ ਲੱਗਦੇ ਵੀ ਕੋਈ ਚੱਕੀ ਪਸਾਉਣ ਵਾਲੇ। ਜੇਲ੍ਹ 'ਚ ਤੇਰੇ ਕੋਲ ਚੱਕੀ ਪਸਾਉਣੀ? ਤੈਨੂੰ ਜੇਲ੍ਹ ਮੈਂ ਜਾਣਾ ਹੀ ਨਹੀਂ ਹੈਗਾ, ਇਹ ਜਾਵੇ ਜੇ ਜਿਹੜਾ ਮਰ ਗਿਆ ਫਸਾ ਕੇ ਮਿਲੂ। ਜੇ ਤੂੰ ਜੇਲ੍ਹ ਨਹੀਂ ਜਾਣਾ ਤੈਨੂੰ ਮਰੀ ਭੇਜ ਦਵਾਂ ਫਿਰ ਉਹ ਕਤਲ ਦੇ ਕੇਸ 'ਚ। ਕਤਲ 'ਚ ਕਤਲ ਕਿਹੜਾ ਹੋ ਗਿਆ? ਕਤਲ ਹੀ ਕੀਤਾ, ਕਤਲ ਤੁਸੀਂ ਕੀਤਾ ਆ। ਤੂੰ ਕੀਤਾ? ਮੇਰੇ ਤੁਹਾਡੇ ਕੋਲ ਕਤਲ ਹੋਇਆ? ਬਿਲਕੁਲ ਹੀ ਹੋਇਆ। ਮੇਰੇ ਸਾਹਮਣੇ ਤੁਹਾਨੂੰ ਸ਼ਹਿ ਸੰਘਾਈ ਆ। ਲੈ ਸ਼ਹਿ ਸੰਘਾਈ ਆ, ਉਹ ਸੰਘਾਉਣ ਨਾਲ ਮਰਨ ਵਾਲਾ ਆ, ਉਹ ਤਾਂ ਤੇਜ਼ ਹਵਾ ਨਾਲ ਮੁਸਾਫਰ ਹੋ ਜਾਣ ਵਾਲਾ। ਤੂੰ ਜ਼ਹਿਰ ਖਲਾਈ ਮੇਰੇ ਸਾਹਮਣੇ? ਉਹਨੂੰ ਜ਼ਹਿਰ ਖਲਾਈ ਆ। ਤੂੰ ਐ ਨਹੀਂ ਸੀ ਕਰਨ ਡਿਆ ਉਹਦੇ ਮੂੰਹ 'ਚ? ਮੈਂ ਤਾਂ ਚੈੱਕ ਕਰਦਾ ਸੀ ਉਹਨੂੰ ਵੀ ਇਹਦੇ ਸਾਹ ਕੋਈ ਬਾਕੀ ਹੋ ਜਾਵੇ, ਮੈਨੂੰ ਇੰਨਾ ਹੀ ਕਹਿ ਰਿਹਾ ਆ ਗਿਆ। ਨਹੀਂ ਤੂੰ ਚੈੱਕ ਕਰਦਾ ਸੀ ਉਹ ਦਵਾਣਾ ਵਾ? ਮੈਨੂੰ ਕੀ ਪਤਾ ਮੱਝ ਦੇ ਕੇ ਜਾਣੀ ਮੈਨੂੰ? ਤੂੰ ਤੈਨੂੰ ਜਾਨ ਦੇ ਕੇ ਜਾਣੀ ਸੀ? ਭਾਜੀ ਗਲਤੀ ਹੋ ਗਈ ਆ। ਗਲਤੀ ਨਹੀਂ ਹੋ ਗਈ, ਉਧਰ ਫੌਤਗੀ ਹੋ ਗਈ ਆ। ਦੇਖ ਤੇਰਾ ਹਾਲ ਕੀ ਹੁੰਦਾ। ਜੋ ਮੇਰਾ ਹਾਲ ਕੋ ਕਰਨਾ ਉਹਦਾ ਕਰੋ। ਜੇਲ੍ਹ 'ਚ ਪੋਚੇ ਮਾਰੇਗਾ ਪੂਰੀ ਜੇਲ੍ਹ? ਪੋਚੇ ਕਾਹਦੇ ਮਾਰਨੇ, ਕੀ ਗੱਲ ਆ? ਜੇਲ੍ਹ ਤਖਤੀ ਆ, ਪੋਚੇ ਮਾਰਨੇ ਲਿਖਾਈਆਂ ਕਰਨੀਆਂ ਜੇਲ੍ਹ ਦੇ ਵਿੱਚ। 25 ਸਾਲ ਸਵੇਰੇ ਝਾੜੂ ਫੇਰਨਾ ਪਿਆ ਨਾ ਤੈਨੂੰ, ਜੇਲ੍ਹ 'ਚ ਪੱਤੇ ਇਕੱਠੇ ਕਰਨੇ ਪਏ। ਲੈ ਕ
ਜਿਹੜਾ ਬੋਲ ਨਹੀਂ ਇੱਥੇ ਕਿਹਾ ਸੀ ਮੈਂ ਹਾਂ ਕਹਿੰਦਾ ਉਹ ਮੈਨੂੰ ਲੜ ਗਿਆ ਤੇਰਾ ਬੋਲ ਸੀ ਕਿ ਫਨੀਅਰ ਸੀ ਲੜ ਗਿਆ ਪਤਾ ਵੀ ਮੈਨੂੰ ਕੀ ਪਤਾ ਵੀ ਇਦਾਂ ਦਾ ਲੜ ਗਿਆ ਵੀ ਉਹ ਬਿਲਕੁਲ ਮੁਸਾਫਰ ਹੋਇਆ ਪਿਆ ਤੂੰ ਲੜ ਗਿਆ ਉਹਨੂੰ ਉਹਦੇ ਸਾਹ ਬੰਦ ਕਰਤੇ ਆ ਦੇਖ ਓਏ ਹੋਏ ਹੋਏ ਉਹ ਤੇਰਾ ਨਾਂ ਕੀ ਆ ਕੀ ਨਾਂ ਤੇਰਾ ਦਲਾਰੇ ਖਾਂ ਜੀ ਲਾਰੇ ਖਾਂ ਦਲਾਰੇ ਖਾਂ ਦਲਾਰੇ ਖਾਂ ਤੇ ਲੈ ਗਿਆ ਉਹਦੀ ਜਾਂ ਤੇਰਾ ਮੈਂ ਕਰਦਾ ਇਲਾਜ ਮੈਂ ਹੁਣੇ ਫੋਨ ਕਰਨਾ ਵਾ ਪੁਲਿਸ ਇੱਥੇ ਡਾਲਾ ਲੈ ਕੇ ਆਏਗੀ ਤੈਨੂੰ ਵਿੱਚ ਲੱਗੇ ਮੈਂ ਬੋਤਲ ਨਹੀਂ ਪੀਣੀ ਮੈਂ ਤਾਂ ਇੱਥੇ ਆ ਕੇ ਪਛਤਾਉਣੇ ਆ ਉਹ ਡਾਲਾ ਪੁਲਿਸ ਵਾਲਾ ਕਹਿ ਰਿਹਾ ਮੈਂ ਤੂੰ ਬੋਤਲਾਂ ਵਾਲਾ ਸਮਝੀ ਜਾਂਦਾ ਤਾਂ ਪੁਲਿਸ ਵਾਲਾ ਕਾਹਦੇ ਪੁਗਾਉਣਾ ਹੈ ਤੇ ਤੈਨੂੰ ਉੱਚੀ ਲਿਜਾਣਾ ਹੁਣ ਡੋਲੀ ਮੰਗਾਵਾਂ ਮੈਂ ਲੈ ਮੈਂ ਨਾ ਜੂਆ ਖੇਡਦਾ ਮਰਿਆ ਉਹ ਉਹਨੂੰ ਪੁੱਛ ਜਾ ਕੇ ਆਪਣੀ ਆਈ ਨਾ ਮਰ ਗਿਆ ਜਿੰਨੀ ਉਹਦੀ ਉਮਰ ਆ ਉਹਦੇ ਰਹਿਣ ਵਾਲੇ ਦੇਣੀ ਨਹੀਂ ਸੀ ਬਾਕੀ ਫੰਕਸ਼ਨ ਦੇ ਵਿੱਚ ਪੈਸੇ ਸਿੱਟਦਾ ਸੀ ਤੇ ਕੰਬਲ ਡਿਆ ਸੀ ਉਦੋਂ ਮੌਸਮ ਹੀ ਇਦਾਂ ਦਾ ਸੀਗਾ ਮੌਸਮ ਇੰਜ ਦਾ ਸੀ ਉਦੋਂ ਬੜੀ ਬਾਰਿਸ਼ ਪੈਣ ਡਈ ਸੀ ਤੇਰਾ ਮੈਂ ਕਰਦਾ ਇਲਾਜ ਮੈਂ ਤੇਰਾ ਚੌਰੀ ਦਾ ਹਿਸਾਬ ਲਾਵਾਂ ਆ ਵੇਖ ਓਏ ਵੇਖ ਬੇਜਾਨ ਕਰ ਗਿਆ ਉਹਨੂੰ ਆ ਦੇਖ ਓਏ ਹੋਏ ਅੱਗੇ ਬੜਾ ਉਹਦੀਆਂ ਜਹਾਰੇ ਨਾਲ ਕੁਸ਼ਤੀ ਰੱਖੀ ਸੀ ਉਹਦੀ ਉਹ ਚੌਰੀ ਉਹ ਚੌਰੀ ਪਤਲਾ ਕਰ ਗਿਆ ਤੂੰ ਆ ਦੇਖ ਓਏ ਹੋ ਚੰਗਾ ਭਲਾ ਸੀ ਐਡਾ ਐਡਾ ਡੌਲਾ ਸੀ ਇਹਦਾ ਆ ਜਿਹੜਾ ਤੂੰ ਪਤਾ ਨਹੀਂ ਕੀ ਸੰਘਾਤਾ ਉਹਨੂੰ ਕੀ ਖਿਲਾਤਾ ਉਹਨੂੰ ਐਡਾ ਐਡਾ ਤੂੰ ਆਪ ਆ ਸਾਰਾ ਡੌਲਾ ਕਿੱਡਾ ਆ ਗਿਆ ਇਹ ਤੂੰ ਕੋਈ ਜਿਹੜੀ ਸ਼ਾਇਦ ਸੰਘਾਇਆ ਉਹਦਾ ਨਾ ਐਡਾ ਸੰਘਾਉਣ ਨਾਲ ਨਹੀਂ ਮਰਿਆ ਹੈਗਾ ਉਹ ਜਾਣ ਵਾਲਾ ਹੀ ਸੀ ਫੰਕਸ਼ਨ ਤੇ ਮੈਂ ਵੇਖਣ ਡਿਆ ਮੈਨੂੰ ਇੰਝ ਲੱਗਦਾ ਚੌਰੀ ਨੇ 3 ਦਿਨ ਬਾਅਦ ਚਲ ਜਾਣਾ ਉਹਨੇ 3 ਦਿਨ ਬਾਅਦ ਮੈਨੂੰ ਫੋਨ ਕਰਕੇ ਬੁਲਾ ਲਿਆ ਤੈਨੂੰ ਕਦ ਲਈ ਬੁਲਾ ਲਿਆ ਫੋਨ ਕਰਕੇ ਤੇ ਤੂੰ ਐਡਾ ਉਦਾਸ ਹੋਇਆ ਸੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਬੰਦੇ ਤੁਹਾਨੂੰ ਚਾਹੀਦਾ ਵੀ ਜਿੱਦਾਂ ਚੌਰੀ ਕਹਿ ਗਿਆ ਵੀ ਮੱਝ ਤੈਨੂੰ ਦੇਣੀ ਹੈ ਤੁਹਾਨੂੰ ਚਾਹੀਦਾ ਮੈਨੂੰ ਮੱਝ ਖੋਲ ਕੇ ਦੇ ਦਿਓ ਉਹ ਤੂੰ ਮੱਝਾਂ ਨਵਾਉਣਾ ਵਾ ਵੀ ਤੈਨੂੰ ਮੱਝ ਦੇਣੀ ਸੀ ਨਵਾਉਂਦਾ ਮੈਂ ਕਸਮਾ ਲੈਂਦਾ ਮੱਝਾਂ ਕੋਲੋਂ ਮੈਂ ਨਵਾਉਣਾ ਆ ਵੀ ਤੈਨੂੰ ਕਾਹਲੀ ਮੱਝ ਦੇਣੀ ਮੈਨੂੰ ਉਹਦੀ ਸਮਝ ਨਹੀਂ ਦਿੱਤੀ ਤੈਨੂੰ ਕਾਹਦੀ ਮੱਝ ਦੇਣੀ ਯਾਰ ਮੈਂ ਗਾਣਾ ਗਾਇਆ ਉਹਨਾਂ ਨੂੰ ਗਾਣਾ ਕਿਤੇ ਸੁਰ ਜਿਹੜਾ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕਿਹਾ ਵੀ ਤੈਨੂੰ ਮੱਝ ਤੇ ਕੱਟਾ ਦੇਣਾ ਹੈ ਉਹ ਕਿਤੇ ਫਰਾਉਣ ਤਰਾਉਣ ਲਈ ਦੇਣਾ ਹੋਣਾ ਤਾਂ ਮਸੀਕੀ ਦੀ ਨਹੀਂ ਫਰਾਉਣ ਤਰਾਉਣ ਦੀ ਮੱਝ ਤੇ ਕੱਟਾ 35 ਸਾਲ ਅੰਦਰ ਰਹਿ ਕੇ ਆਏ ਆ ਉਹਨਾਂ ਨੇ ਦੁਨੀਆ ਨਹੀਂ ਵੇਖੀ ਜੇਲ੍ਹ ਕੱਟ ਕੇ ਆਏ ਜਿਹੜੇ ਫਰਾਉਣ ਤਰਾਉਣ ਵਾਸਤੇ ਮੈਨੂੰ ਬੁਲਾਇਆ ਤੂੰ ਮੈਨੂੰ ਗੱਲ ਨਾ ਸੁਣਾ ਤੇ ਅੰਦਰ ਜਾਣ ਦੀ ਤਿਆਰੀ ਕਰ ਅੰਦਰ ਨਹੀਂ ਮੈਂ ਜਾਣਾ ਹੈਗਾ ਐਵੇਂ ਉੱਥੇ ਲੇਡੀਜ਼ ਹੈਗੀਆਂ ਔਰਤਾਂ ਮੈਂ ਚੰਗਾ ਲੱਗਦਾ ਉਹ ਜੇਲ੍ਹ 'ਚ ਕਹਿ ਰਿਹਾ ਤੈਨੂੰ ਮੈਂ ਇਸ ਪਿਛਲੇ ਅੰਦਰ ਨਹੀਂ ਕਹਿ ਰਿਹਾ ਤੈਨੂੰ ਮੈਂ ਜੇਲ੍ਹ 'ਚ ਕਹਿ ਰਿਹਾ ਵਾਂ ਯਾਰ ਜੇਲ੍ਹ 'ਚ ਜਾਣ ਮੇਰੇ ਦੁਸ਼ਮਣ ਬਹੁਤ ਅੱਛੇ ਤੇਰੇ ਦੁਸ਼ਮਣ ਤੇ ਜਿਹੜੇ ਇਹਦੇ ਦੁਸ਼ਮਣ ਇਹਦੇ ਕਾਤਲ ਤੇ ਇਹਦੇ ਦੁਸ਼ਮਣ ਤੇ ਬੈਠੇ ਆ ਜਾਓ ਤੁਸੀਂ ਤੂੰ ਆ ਦੁਸ਼ਮਣ ਦਾ ਕੱਪੜੇ ਬਦਲ ਕੇ ਜਾਣੇ ਆ ਵੀ ਨਵੇਂ ਸੂਟ ਜਿਹੜੇ ਇੱਥੇ ਡਾਲਾ ਆਉਂਦਾ ਵਿੱਚ ਬੈਠੋ ਚਲੇ ਜਾਓ ਉਹਨੂੰ ਤੂੰ ਮਾਰਿਆ ਵਾ ਮੈਂ ਕਿਉਂ ਮਾਰਿਆ ਤੇਰੇ ਸਾਹਮਣੇ ਮਾਰਿਆ ਤੁਸੀਂ ਮਾਰਿਆ ਆ ਉਹ ਤੂੰ ਮਾਰਿਆ ਉਹਨੂੰ ਗੱਲਾਂ ਕਰਨੇ ਆ ਤੂੰ ਗੱਲਾਂ ਤਾਂ ਤੂੰ ਕਰਨ ਡਿਆ ਉਹ ਸਾਡੇ ਚੌਰੀ ਨੂੰ ਤੂੰ ਜ਼ਹਿਰ ਖੜਾਤੀ ਆ ਉੱਤੋਂ ਸਾਨੂੰ ਤੂੰ ਪੁੱਠੀਆਂ ਮਤਾਂ ਲਾਉਣ ਡਿਆ ਉਹ ਭਾਈ ਜ਼ਹਿਰ ਬੜਾ ਮਹਿੰਗਾ ਆ ਟਕੇ ਦਾ ਤੇਰਾ ਚੌਧਰੀ ਨਹੀਂ ਹੈਗਾ ਤੈਨੂੰ ਪਤਾ ਹੀ ਨਹੀਂ ਹੈਗਾ ਜ਼ਹਿਰ ਕਿੱਡੀ ਮਹਿੰਗੀ ਆ ਜ਼ਹਿਰ ਕਿਤੇ ਐਵੇਂ ਮਿਲ ਜਾਂਦੀ ਆ ਇੱਕ ਬੰਦੇ ਨੂੰ ਜ਼ਹਿਰ ਦੇਣੀ ਹੋਵੇ ਨਾ ਤੇ 12-13 ਹਜ਼ਾਰ ਰੁਪਏ ਦੀ ਆ ਜਿੰਨੀ ਕਿ ਤੈਨੂੰ ਰੇਟ ਦਾ ਵੀ ਪਤਾ ਵਾ ਹਾਂ ਪਤਾ ਆ ਸਾਨੂੰ ਇਹਦਾ ਮਤਲਬ ਤੂੰ ਚੌਰੀ ਨੂੰ ਖੜਾਤੀ ਆ ਮੈਂ ਖੜਾਤੀ ਆ ਚੌਰੀ ਯਾਰ ਜਾ ਤੇਰੀ ਮਿਹਰਬਾਨੀ ਆ ਮੈਨੂੰ ਜਾਣਦੇ ਮੇਰੇ ਨਿੱਕੇ ਨਿੱਕੇ ਬੱਚੇ ਆ ਅਸੀਂ ਕੰਮ ਤੇ ਵੀ ਸਵੇਰੇ ਜਾਣਾ ਉਹ ਬੱਚੇ ਨਿੱਕੇ ਨਿੱਕੇ ਹੁੰਦੇ ਆ ਕੰਮ ਤੇ ਜਾਣਾ ਅਸੀਂ ਸਵੇਰੇ ਕੰਮ ਤੇ ਨਹੀਂ ਹੁਣ ਜਾਣਾ ਹੁਣ ਜੇਲ੍ਹ 'ਚ ਜਾਣਾ ਵਾ ਕਿਉਂ ਜੇਲ੍ਹ 'ਚ ਕਿਉਂ ਮੈਂ ਚੀਜ਼ ਭੁੱਲ ਆਇਆ ਉੱਥੇ ਮੈਂ ਜੇਲ੍ਹ 'ਚ ਜਾਣਾ ਆ ਅੱਗੇ ਜੁਗਤਾਂ ਕਰਦਾ ਤੂੰ ਜੁਗਤਾਂ ਕਰ ਤੁਸੀਂ ਭਾਜੀ ਗਲਤ ਗੱਲ ਨਾ ਕਰੋ ਫਿਰ ਹਾਂ ਤੂੰ ਜਿਹੜੇ ਸਹੀ ਕੰਮ ਕਰਨ ਡਿਆ ਹੈ ਉਹਦੀ ਤੂੰ ਜਾਨ ਲੈ ਲਈ ਆ ਉਹ ਤੋਂ ਪੁੱਠੇ ਸਿੱਧੇ ਬੋਲ ਬੋਲਣ ਡਿਆ ਤੂੰ ਯਾਰ ਜਾਨ ਕਿੱਥੇ ਮੈਂ ਲੈ ਲਈ ਉਹਦੀ ਇੱਥੇ ਮੇਰੇ ਸਾਹਮਣੇ ਤੂੰ ਉਹਨੂੰ ਕੀ ਸੰਘਾਇਆ ਸੀ ਉਹਨੇ ਐਂ ਕਰਨ ਡਿਆ ਸੰਘਾਇਆ ਸੀ ਉਹ ਪਤਾ ਨਹੀਂ ਮੇਰੀ ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਮੁਸਾਫਰ ਹੋ ਗਿਆ ਅੱਛਾ ਜਿਹਨੇ ਕਿ ਮੋਟਰਸਾਈਕਲ ਤੇ ਵੀ ਆਇਆ ਆ ਵੀ ਜਿੱਡਾ ਉਹ ਮਾੜਾ ਆ ਕੋਈ ਨਹੀਂ ਬਰਦਾਸ਼ਤ ਹੋਈ ਤੇ ਮਾਝੇ ਦੇ ਪਿੱਛੇ ਭਾਗ ਲਿਜਾਣੀ ਸੀ ਤੂੰ ਮੋਟਰਸਾਈਕਲ ਤੇ ਆਇਆ ਚਾਲੂ ਪਾ ਕੇ ਰੋਟੀ ਖਾ ਲਈ ਚਲੋ ਆਉਣਾ ਹੀ ਆ ਮਹਿਮਾਨਾਂ ਨੇ ਇਹਦੀ ਪੱਤੀ ਦੇ ਦੀ ਇਹਦੀ ਪੱਤੀ ਨਹੀਂ ਜਦੋਂ ਅਗਲੇ ਨੇ ਜੇਲ੍ਹ ਚ ਪਾਇਆ ਨਾ ਬਰਫ਼ ਦੇ ਉੱਤੇ ਲਾਇਆ ਤੈਨੂੰ ਬਰਫ਼ ਤੇ ਕਾਹਦੇ ਲਾਉਣਾ ਮੈਂ ਹਦਵਾਣਾ ਆ ਯਾਰ ਮੈਨੂੰ ਕੋਈ ਬਰਫ਼ ਤੇ ਲਾਉਣਾ ਇਹ ਸਜਾਵਾਂ ਆ ਬਰਫ਼ ਇਹਦੇ ਆਲੇ ਦੁਆਲੇ ਲਾਓ ਜਿਹੜਾ ਬੇਟਾਮਾ ਮਰਿਆ ਆ ਵੀ ਤੂੰ ਮਰਨਾ ਆ ਮਰ ਜਾਣਿਆ ਤੇ ਮੈਨੂੰ ਤਾਂ ਨਾ ਬੁਲਾ ਤੂੰ ਮੇਰਾ ਕੋਈ ਬੇੜਾ ਗਰਕ ਕਰਨ ਡਿਆ ਭਾਜੀ ਖੁਦਾ ਦੀ ਕਿਸੇ ਮੇਰਾ ਕੋਈ ਤਲਕ ਨਹੀਂ ਇਹ ਤੇਰਾ ਤਲਕ ਬਣੂਗਾ ਮੇਰਾ ਕੋਈ ਤਲਕ ਨਹੀਂ ਮੈਂ ਇਸ ਗੱਲ ਦਾ ਨਿਆਂ ਦੇ ਦਿੰਦਾ ਆ ਮੈਨੂੰ ਇਹਨਾਂ ਨੇ ਬੁਲਾਇਆ ਮੈਂ ਅੰਦਰ ਵੜਿਆ ਆ ਮੇਰਾ ਕੋਈ ਇੰਨਾ ਤਲਕ ਨਹੀਂ ਮੈਂ ਸਾਰਾ ਮਿਹਰਬਾਨੀ ਆ ਯਾਰ ਮੈਂ ਸਾਰਾ ਸੀਨ ਵੇਖਣ ਡਿਆ ਸੀ ਨਹੀਂ ਯਾਰ ਹਾਂ ਇਹ ਜੋ ਤੈਨੂੰ ਤੜਕ ਨੂੰ 3 ਵਜੇ ਨਵਾਇਆ ਨਾ ਠੰਡੇ ਪਾਣੀ ਨਾਲ ਰਾਤ ਨੂੰ ਤੇਰੀ ਸੁਰਤ ਕਾਇਮ ਹੋ ਜੂ ਤੂੰ ਆਪੇ ਹੀ ਦੱਸੇਂਗਾ ਕਿਉਂ ਨਵਾਉਣਾ ਕਿਉਂ ਆ ਮੈਨੂੰ ਦੱਸ ਦੇ ਕਿਹੜੀਆਂ ਮੇਰੇ ਕੋਲ ਕਸਮਾਂ ਲੈਣੀਆਂ ਮੇਰੇ ਕੋਲ ਹਲਫ ਲੈਣੇ ਵੀ ਮੈਨੂੰ ਉਹਨਾਂ ਨੇ ਨਵਾਉਣਾ ਹੈ ਹੈ ਮੈਨੂੰ ਕੋਈ ਨਵਾਉਣਾ ਹੈ ਨਹਾਉਣੋ ਆਪ
ਜਿਹੜੇ 35-35 ਸਾਲ ਵਰਦੀਆਂ ਹੀ ਨਹੀਂ ਬਦਲਦੇ। ਜਦੋਂ 25 ਸਾਲ ਸੁੱਕੀ ਰੋਟੀ ਖਾਧੀ ਨਾ ਪਾਣੀ ਦੇ ਵਿੱਚ ਭੇਂ ਭੇਂ ਕੇ ਤੇ ਸੁਰਤ ਆ ਜਾਏਗੀ ਤੈਨੂੰ। ਕਿਉਂ ਮੈਂ ਮਸਤਾ ਹੈ ਵੀ ਲਾਲਾ ਸਿੱਟ ਦਾ ਮੈਨੂੰ ਪਤਾ ਨਹੀਂ ਵੀ ਇਹ ਸੁੱਕੀ ਰੋਟੀ। ਕਰੀ ਜਾ ਗੱਲਾਂ ਜਿੰਨੀਆਂ ਮਰਜ਼ੀ ਇਹਦੀ ਜਾਨ ਲੈ ਗਿਆ। ਆਹ ਲੈ ਉਹ ਸਾਹ ਨਹੀਂ ਲੈਣ ਡਿਆ ਭੋਰਾ, ਉਹ ਕੀ ਖਿਲਾਤਾ ਉਹਨੂੰ? ਅੱਗੇ ਸਾਵਾਂ ਦੀਆਂ ਆਵਾਜ਼ਾਂ ਬੜੀਆਂ ਤੂੰ ਮੈਨੂੰ ਰੋਡ ਤੇ ਸੁਣ ਲਈਆਂ ਸੀ ਇਹਦੀਆਂ। ਓਏ ਜ਼ਾਲਮ ਹੀ ਬਣ ਗਿਆ ਤੂੰ, ਉਹ ਸਾਰੇ ਸਾਹ ਹੀ ਪੀ ਗਏ ਚੌਰੀ ਦੇ। ਸਾਰੇ ਕਿੰਨੇ? 3 ਲੱਖ ਸਾਹ ਸੀ ਭਾਜੀ ਅੰਦਰ, ਉਹਨੇ 6-7 ਸਾਹ ਜਿਹੜੇ ਉਹਨੇ ਪੂਰੇ ਕਰ ਲਏ। ਵੀ ਕੰਟੇਨਰ ਸਟਾਇਆ ਸੀ ਉਹਨੇ ਸਾਹਾਂ ਦਾ, ਬਸ ਬਹਾਨਾ ਬਣਨਾ ਸੀ ਉਹ ਚਲੋ ਚਲੀ ਦਾ ਮੇਲਾ ਭਾਜੀ, ਇੱਥੇ ਕਿਸੇ ਨੇ ਵੀ ਨਹੀਂ ਵਿਆਹ ਰਹਿਣਾ। ਚਲੋ ਚਲੀ ਦਾ ਤਾਂ ਮੇਲਾ ਹੈਗਾ ਤੇਰੇ ਹੱਥੀਂ, ਜਿਹੜਾ ਮੇਲਾ ਗੁੱਲ ਕਰਦਾ ਹੱਥੀਂ ਮੇਲਾ ਭਾਜੀ ਮੈਂ ਗਲ ਘੁੱਟ ਦਿੱਤਾ ਆ। ਮੈਂ ਤੇ ਅੰਦਰ ਆਇਆ, ਮੈਂ ਸਲਾਮ ਕੀਤਾ ਤੇ ਤੁਸੀਂ ਉੱਤੋਂ ਆ ਗਏ। ਸਲਾਮ ਨਹੀਂ ਕੀਤਾ ਉਹਨੂੰ? ਇੰਨੀ ਜਲਦੀ ਤਾਂ ਬੰਦਾ ਮਰਦਾ ਨਹੀਂ ਜਿੰਨੀ ਜਲਦੀ ਤੁਸੀਂ ਮੇਰੇ ਤੇ ਪਾਉਣ ਡਏ। ਨਹੀਂ ਬੰਦਾ ਸਵਾ ਸਾਲ ਬਾਅਦ ਮਰਦਾ? ਮੈਂ ਸਵਾ ਸਾਲ, ਮੈਨੂੰ ਕੀ ਪਤਾ ਕਦੋਂ ਮਰਦਾ। ਤੂੰ ਕੋਈ ਖਾਲਸ ਆਈਟਮ ਲਾਈ ਆ ਉਹਨੂੰ ਤਾਂ ਮਰਿਆ? ਖਾਲਸ ਆਈਟਮ ਭਾਜੀ ਮੈਂ ਤਾਰ ਲਾਤੀ ਉਹਨੂੰ, ਕਿ ਮੈਂ ਉਹਨੂੰ ਨੰਗੀ ਤਾਰ ਲਾਤੀ ਆ। ਅੱਛਾ ਬੰਦਾ ਕੋਈ ਚੀਜ਼ ਹੀ ਨਹੀਂ ਹੈਗੀ, ਤੁਸੀਂ ਉੱਤੇ ਆ ਗਏ, ਦੱਸੋ ਮੈਂ ਕੀ ਕਰ ਸਕਦਾ ਉਹਨੇ? ਤੇ ਤੇਰੇ ਕੋਲ ਤਾਂ ਹੋਵੇ ਨਾ ਸਾਰੀ, ਤਾਂ ਤੂੰ ਉਹਨੂੰ ਖੜਾਤੀ ਆ। ਉਤੋਂ ਗੱਲਾਂ ਤੂੰ ਕਿੰਨੀਆਂ ਵੱਧ-ਵੱਧ ਕਰਨ ਡਿਆ? ਵੱਧ-ਵੱਧ ਨਹੀਂ, ਤੁਸੀਂ ਗੱਲਾਂ ਅਜੀਬ ਜੀਆਂ ਸ਼ੁਰੂ ਕੀਤੀਆਂ। ਅਜੀਬ ਕਾਹਦੀਆਂ ਗੱਲਾਂ ਕੀਤੀਆਂ? ਇੱਕ ਆਏ ਮਹਿਮਾਨ ਨਾਲ ਇੰਜ ਨਹੀਂ ਕਰੀਦਾ ਹੁੰਦਾ। ਤੂੰ ਮਹਿਮਾਨ ਨਹੀਂ ਹੈਗਾ, ਤੂੰ ਮੌਦਾ ਸਮਾਨ ਆ, ਦੇਖ ਕੀ ਹਾਲ ਕਰਤਾ ਉਹਦਾ। ਕੀ ਹਾਲ? ਮੈਂ ਭਾਜੀ ਕੀ ਉਹ ਪਛ ਲਾਤੇ ਆ, ਬਲੇਡ ਮਾਰਤੇ ਉਹਦੇ, ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ। ਤੂੰ ਆਇਆ ਕੀ ਲੈਣ ਮੈਨੂੰ ਇਹ ਦੱਸ। ਮੈਨੂੰ ਉਹਨਾਂ ਨੇ ਫੋਨ ਕੀਤਾ ਆ, ਫੋਨ ਕਰਕੇ ਉਹਨਾਂ ਨੇ ਮੈਨੂੰ ਕਿਹਾ ਉਸ ਦਿਨ ਬੜਾ ਅੱਛਾ ਗਾਇਆ ਯਾਰ, ਅੱਜ ਤੈਨੂੰ ਮੱਝ ਤੇ ਮੈਂ ਤੈਨੂੰ ਕੱਟਾ ਇਨਾਮ ਦੇਣਾ ਹੈ। ਅੱਛਾ ਤੈਨੂੰ ਇਹਨੇ ਕੱਟੇ ਵਾਸਤੇ ਬੁਲਾਇਆ? ਆਹੋ, ਮੈਨੂੰ ਕੀ ਪਤਾ ਇਹਨੇ ਮਰਨੇ ਨੇ ਕਾਹਦੇ ਵਾਸਤੇ ਮੈਨੂੰ ਬੁਲਾਇਆ ਸੀ, ਮੈਨੂੰ ਫਸਾਉਣ ਵਾਸਤੇ ਬੁਲਾਇਆ ਇਹਨੇ ਕਿ ਕੱਟਾ ਦੇਣ ਤੇ ਮੱਝ ਦੇਣ ਬੁਲਾਇਆ, ਪਤਾ ਨਹੀਂ। ਤੇ ਲੈ ਲੈ ਫਿਰ ਕੋ ਮੱਝ ਜਾ। ਮੈਂ ਕੀ ਲੈਣੀ ਹੈ? ਅੱਲਾ ਨੇ ਉਹਨੂੰ ਲੈ ਲਿਆ, ਮੈਂ ਕੋ ਮੱਝ ਕੀ ਲੈਣੀ ਹੈ? ਉਹ ਦੇਖ ਓਏ ਆਪਣੇ ਮਹਿਮਾਨਾਂ ਨੂੰ ਦਿਖਾਓ, ਮੈਨੂੰ ਕੀ ਦਿਖਾਉਣਾ ਹੈ? ਜਿਹੜੇ ਆਉਂਦੇ ਮਹਿਮਾਨ ਉਹਨਾਂ ਨੂੰ ਦਿਖਾਓ। ਹੁਣ ਹੁਣ ਦੇਖਣਾ ਹੀ ਹੈ ਜਾਣ ਲੱਗਿਆ ਸਾਰਿਆਂ ਨੇ ਕਿੰਨਾ ਕਿ ਇਹਨੂੰ ਰੂਪ ਚੜ੍ਹੇ ਆ, ਇਹਨੂੰ ਚੜ੍ਹੇ ਹੀ ਨਾ ਰੂਪ ਇੱਦਾਂ ਦੇ ਬੰਦੇ ਨੂੰ। ਮਸਕੀਨ ਆਦਮੀ ਨੂੰ ਇਨਾਮ ਦੇਣ ਆ ਕੇ ਤਾਂ ਆਪ ਪਰਦੇਸੀ ਹੋ ਗਿਆ, ਇਹ ਗੁਨਾਹ ਨਹੀਂ ਤੇ ਹੋਰ ਕੀ ਆ? ਮੁਸੀਬਤ 'ਚ ਸਾਨੂੰ ਪਾਉਣ ਡਿਆ ਉਹ, ਉੱਤੋਂ ਤੁਸੀਂ ਆਏ ਸਾਡੇ ਤੇ ਰੋਹ ਪਾਈ ਜਾਣ ਡੇ ਆ, ਸਾਡੇ ਤੇ ਰੋਹ ਪਾਈ ਜਾ ਰਹੇ, ਅਸੀਂ ਬੰਦੇ ਮਾਰਦੇ ਆ, ਅਸੀਂ ਖਾਸ ਸਾਹਿਬ ਲੋਕ ਆ, ਅਸੀਂ ਤਾਂ ਦੁਆਵਾਂ ਦੇਣ ਵਾਲੇ ਬੰਦੇ। ਤੇ ਜਿਹੜੀ ਦਵਾ ਤੂੰ ਉਹਨੂੰ ਖਿਲਾਤੀ ਆ? ਮੈਂ ਨਹੀਂ ਖਵਾਈ ਹੈਗੀ। ਤੂੰ ਖਿਲਾਈ ਆ? ਮੈਂ ਵਰਦੇ ਹੀ ਵੇਖਿਆ ਤੈਨੂੰ, ਤੂੰ ਉਹਦੇ ਮੂੰਹ ਨੂੰ ਹੱਥ ਲਾਉਂਦਾ ਸੀ ਐਂ ਕਰਕੇ। ਮੈਂ ਤਾਂ ਉਹਨੂੰ ਸਾਹ ਭਾਜੀ ਚੈੱਕ ਕਰਨ ਡਿਆ ਸੀ। ਐਡਾ ਤਾਂ ਤੂੰ ਡਾਕਟਰ ਹੈ ਹੀ ਨਹੀਂ ਵੀ ਸਾਹ ਤੂੰ ਚੈੱਕ ਕਰਨ ਡਿਆ ਸੀ? ਸਾਹ ਚੈੱਕ ਕਰਨਾ ਤੇਰਾ ਕੰਮ? ਚਲੋ ਭਾਜੀ ਮੈਨੂੰ ਹੁਣ ਜਾਣਾ ਦਿਓ। ਤੂੰ ਜਾਏਗਾ ਸਿੱਧਾ ਜੇਲ੍ਹ 'ਚ? ਕਿਉਂ ਮੈਂ ਜੇਲ੍ਹ 'ਚ ਜਾ? ਜੇਲ੍ਹ 'ਚ ਤੁਸੀਂ ਜਾਓ। ਕੀ ਗੱਲ? ਜਿਹੜੇ ਉਹਨੂੰ ਖਾ ਗਏ ਆ, ਜਿਹਨਾਂ ਦੇ ਹਿੱਸੇ ਹੁਣ ਸਾਰੇ ਡੰਗਰ ਆ ਜਾਣੇ ਆ, ਵੇਚੋ ਖਾਓ ਪੀਓ ਹਵੇਲੀਆਂ ਵੇਚੋ ਚੌਧਰੀ ਦੀਆਂ। ਸਾਨੂੰ ਤਾਂ ਉਹਨਾਂ ਨੇ ਮੱਝ ਦੇਣੀ ਸੀ, ਮੱਝ ਦੇ ਉਹ ਚੌਧਰੀ ਸਾਹਿਬ ਅਸੀਂ ਜੋ ਮਰਜ਼ੀ ਕਰੀਏ, ਤੈਨੂੰ ਐਵੇਂ ਕਾਹਦੀ ਫਿਕਰ ਪੈ ਗਈ? ਮੈਂ ਕਿਹਾ ਚਲੋ ਮੱਝ ਦੇਗਾ ਯਾਰ, ਵੱਡੀ ਬੱਚੀ ਦੇ ਦਿਨ ਰੱਖੇ ਆ, ਚਲੋ ਯਾਰ ਕੋਈ ਨਹੀਂ ਵੇਚਾਂਗੇ, ਵਿਆਹ ਕਰ ਦਾਂਗੇ। ਮੈਨੂੰ ਕੀ ਪਤਾ ਉਹ ਸਾਨੂੰ ਜਾਂਦਾ ਹੋਇਆ ਮੈਨੂੰ ਵੀ ਮੁਸੀਬਤ 'ਚ ਪਾ ਗਿਆ। ਮੁਸੀਬਤ 'ਚ ਨਹੀਂ ਪਾ ਗਿਆ, 30 ਸਾਲ ਲਈ ਬਣਾ ਗਿਆ ਤੈਨੂੰ। 30 ਸਾਲ ਲਈ ਕਿਉਂ ਬਣਾ ਗਿਆ ਯਾਰ? ਅੰਦਰ ਹੀ ਰਹੇਗਾ ਕੋਈ ਮਾਮਾ ਲੱਗਦਾ ਮੈਨੂੰ 30 ਸਾਲ ਲਈ ਬੰਨੇਗਾ, ਮੈਂ ਵੇਖਾਂਗਾ ਮੈਨੂੰ ਕੌਣ 30 ਸਾਲ ਲਈ ਬੰਨੇਗਾ। ਅੱਛਾ ਜੀ, ਇਹ ਯਾਨੀ ਕਿ ਅੱਗੇ ਤੂੰ ਧਮਕੀ ਲਾ ਰਿਹਾ? ਧਮਕੀ ਲਾ ਰਿਹਾ? ਉਹ ਤੈਨੂੰ ਜ਼ਰਾ ਅਹਿਸਾਸ ਨਹੀਂ ਆਇਆ ਜ਼ਾਲਮਾ, ਉਹ ਬੱਸ ਦਾ ਡੇਰਾ ਬਰਬਾਦ ਕਰ ਗਏ। ਭਾਜੀ ਮੈਂ ਡੇਰੇ ਦੇ ਵਿੱਚ ਕਿਹੜਾ ਬੰਬ ਰੱਖਤਾ ਆ ਵੀ ਕੱਟੇ 'ਚ ਤਾਰਾਂ ਨੂੰ ਲੱਗ ਗਏ ਆ, ਮੱਝਾਂ ਛੱਤਾਂ 'ਤੇ ਡਿੱਗ ਪਈਆਂ ਆ, ਕਿਹੜਾ ਮੈਂ ਐਸਾ ਕੰਮ ਕਰ ਦਿੱਤਾ? ਮੈਂ ਤਾਂ ਆ ਕੇ ਚੌਰੀ ਸਾਹਿਬ ਨੂੰ ਸਲਾਮ ਕੀਤਾ। ਉਹ ਤੂੰ ਚੌਰੀ ਸਾਹਿਬ ਨੂੰ ਖਤਮ ਕੀਤਾ ਵਾ, ਉਹਦੀ ਜਾਨ ਲੈ ਕੇ ਤੂੰ ਇੰਨੀਆਂ ਗੱਲਾਂ ਕਰਨ ਡਿਆ, ਤੈਨੂੰ ਸ਼ਰਮ ਜਾਨ? ਯਾਰ ਮੈਂ ਹੱਥ 'ਚ ਫੜੀ ਆ, ਆ ਪਿਆ ਆ ਉਹ। ਕਿੱਥੇ ਪਿਆ ਵਾ? ਉਹਦਾ ਤਾਂ ਸਾਹ ਹੀ ਨਹੀਂ ਹੈਗਾ ਵਿੱਚ। ਚਲੋ ਮੈਂ ਹੁਣ ਭਾਜੀ ਕਿੱਥੋਂ ਸਾਹ ਲਿਆ ਮੈਂ ਇਹਦੇ? ਹੁਣ ਮੇਰੀ ਗਲਤੀ ਹੈ, ਮੈਨੂੰ ਮਾਫ਼ ਕਰ ਦਿਓ। ਮਾਫ਼ੀ ਵਾਲਾ ਕੰਮ ਹੀ ਨਹੀਂ ਕੀਤਾ ਤੂੰ? ਨਿੱਕੇ ਨਿੱਕੇ ਬੱਚੇ ਆ ਮੇਰੇ ਭਾਜੀ, ਤੁਹਾਡੀ ਮਿਹਰਬਾਨੀ ਹੈ, ਮੈਂ ਕੁਛ ਨਹੀਂ ਲਿਜਾਣਾ, ਨਾ ਮੈਨੂੰ ਕੱਟਾ ਚਾਹੀਦਾ ਨਾ ਮੈਨੂੰ ਮੱਝ ਚਾਹੀਦੀ। ਮੈਂ ਤਾਂ ਤੇਰੇ ਹੱਥ 'ਚ ਸੰਗਲ ਫੜਾ ਦਿੱਤਾ ਵਾ, ਹੈਂ? ਮੱਝ ਨਹੀਂ ਚਾਹੀਦੀ, ਕੱਟਾ ਨਹੀਂ ਚਾਹੀਦਾ, ਬਸ ਤੁਹਾਡੀ ਮਿਹਰਬਾਨੀ। ਮਿਹਰਬਾਨੀ ਕੋਈ ਨਹੀਂ, ਇੱਥੋਂ ਹਿੱਲਣਾ ਨਹੀਂ ਹੈਗਾ। ਓਏ ਆ ਜਾ ਮੈਂ, ਉਰੇ ਆਓ ਤੁਸੀਂ ਸਾਰੇ, ਉਰੇ ਆਓ ਜ਼ਰਾ। ਭਾਜੀ ਮੈਂ ਮਾਫ਼ ਕਰ ਦਿਓ, ਤੁਹਾਡੀ ਮਿਹਰਬਾਨੀ ਹੈ। ਇੱਧਰ ਓਏ, ਇੱਧਰ ਆ ਜਲਦੀ, ਉਰੇ ਆਓ। ਕਿਸੇ ਮਹਿਮਾਨ ਦੇ ਨਾਲ ਇਦਾਂ ਜ਼ਿਆਦਤੀ ਨਹੀਂ ਕਰੀਦੀ ਹੁੰਦੀ। ਉਰੇ ਆਓ ਛੇਤੀ ਆਓ। ਭਾਜੀ ਨਾ ਬੁਲਾਓ, ਤੁਹਾਡੀ ਮਿਹਰਬਾਨੀ ਹੈ, ਨਾ ਬੁਲਾਓ। ਉਰੇ ਆਓ, ਆ ਗਏ ਮੁੰਡੇ, ਮੈਂ ਕਰਮ ਨਾਲ। ਉਰੇ ਆ ਜ਼ਰਾ, ਇੱਧਰ ਆਓ, ਇੱਧਰ ਆ ਜ਼ਰਾ। ਆ ਵੇਖ, ਆ ਚੌਰੀ ਦਾ ਸਾਹ ਚੱਲਦਾ, ਦੇਖੀ ਜ਼ਰਾ।
मर गया चौरी ए चौरी का कातल बैठा मैं नहीं किया भाजी मैं नहीं किया कतल मैं तो आके मिलना आया उन्होंने मेरे सामने इन्हें कुछ है खिलाई खिलाई करो भाजी जो तुम मैंने वेख्या और तो पुरबाज हो गया मैं भला चौरी सी यार रोटी साड़ी लगी सी साड़ा और रंग बदल आई जहर खिलाई इन्हें और जहर कितों भाजी मिलती है भी जहर जहर करी इन्हें मैं कुछ नहीं खिलाया तू पता क्यों रस्सा फड़क लिया देख तेरा मैं करदा साफ रस्सा टप दे चंगा लगते और टप्पण वास्ते नहीं किया तेन बनना उरे लिया तेरा तेरे एदी पा लत नू रस्सा पा भाजी तुहाडी मेहरबानी है ना इंज करो लत मैं मिलन आया खुदा ने किसे ने वैसे बुलाया सी मिलन वास्ते बुलाया सी उने छड ये रस्सा हां एक मेरे ने रद्दा वे बरणी है लत जा यार मैं नहीं कीता हैगा तेरे मैं कर दे मैं नहीं मारे हैगा छड भाजी तन्न जान देना भाजी तुहाडी मेहरबानी है मेहरबानी भाजी तेरे मैं दसदा यार अल्लाह दी किसे मैं नहीं मारया बस तू नहीं मारिया नहीं मैं नहीं मारिया कहने मारिया मैं ते अखी देखया सारा बकुआ पाजी जदों मैं आया मैं अगे सलाम कीता उन्होंने जवाब नहीं दिता इत्ते पहला ही इंज मरिया पिया सी हां यानी कि मेनू तो गल सुना रहे तू तो हो ज्यादा पाजी तुसी मार के चले गए हो अच्छा ठीक यानी कि तेनू कीता तेनू बॉडी जो पता लग गया भी मरिया हो सकदा तू ही मार के गया होवे मैं दसांगा पुलिस नु भी तू मार के इधर लेट गया ना पा मेरे दिता उल्टा केस तू मेरे पा रहे पाता तू तू कि यकदम तेन कि पता लग गया मर गया है तू जी शह खवाई मेरे सामने है शह बड़ी खवाई है मैं नहीं मारिया खुदा दी कसम मैं नहीं मारिया ओए तू ही मारिया वा असि अन्ने नहीं हैगे मैं नहीं मारिया मेनू छड़ दे निक निक बच्चे एदा जुल्म नहीं किसे ना करीदा उल्टा ओदे बच्चे केड़ा भी कि 80 साल दे यार मैं क्यों मारना ओनू भाजी मैं खुदा दी कसम नहीं मारिया हैगा चोरी उठ गया ਪਾਜੀ ਚੋਰੀ ਉੱਠ ਗਿਆ ਤੁਹਾਡਾ ਕੀ ਹੋਇਆ ਕੀ ਹੋਇਆ ਹੌਸਲਾ ਖਾਨ ਸਾਹਿਬ ਹੌਸਲਾ ਚੋਰੀ ਸਾਹਿਬ ਤੁਸੀਂ ਨਾ ਉੱਠਦੇ ਤੁਹਾਨੂੰ ਪਤਾ ਹੀ ਨਹੀਂ ਸੀ ਮੈਂ ਤੇ ਕਤਲ ਪਾਤਾ ਸੀ ਇਹਨਾਂ ਨੇ ਖਾਨ ਸਾਹਿਬ ਨੇ ਕੁਝ ਕਿਹਾ ਨਹੀਂ ਚੋਰੀ ਸਾਹਿਬ ਕੁਝ ਵੀ ਨਹੀਂ ਕਿਹਾ ਓਏ ਦਰਾਰੇ ਖਾਵਾ ਮੈਂ ਤਾਂ ਪੁੱਛਣ ਨੇ ਚਾਹ ਪਾਣੀ ਦਾ ਉਹਨਾਂ ਹਾਂ ਚਾਹ ਪਾਣੀ ਪੁੱਛ ਚੋਰੀ ਚੰਗਾ ਹੋਇਆ ਤੂੰ ਉੱਠ ਗਿਆ ਮੈਨੂੰ ਤਾਂ ਲੈ ਚਲੇ ਸੀ ਹੁਣ ਡਾਲੇ 'ਚ ਪਾ ਕੇ ਓ ਦਰਾਰੇ ਖਾਨ ਉਹ ਤੂੰ ਇੰਨਾ ਲੇਟ ਆਇਆ ਯਾਰ ਹੈ ਚੋਰੀ ਸਾਹਿਬ ਮੈਂ ਤਾਂ ਕਿੰਨੀ ਦੇਰ ਦਾ ਆਇਆ ਆ ਆ ਬੰਦੇ ਮੈਨੂੰ ਫੜ ਕੇ ਇਹਨਾਂ ਨੇ ਕਿਹਾ ਚੋਰੀ ਨੂੰ ਤੂੰ ਮਾਰਿਆ ਵੇ ਮੈਨੂੰ ਬੰਨਿਆ ਇਹਨਾਂ ਨੇ ਆ ਬੰਦੇ ਨੇ ਬੰਨੇ ਆ ਜਿਹੜਾ ਗਿੱਠਾ ਜਿਹਾ ਆ ਉਹ ਮੈਂ ਤਾਂ ਚਾਹ ਦਾ ਪੁੱਛਿਆ ਇਹਨੂੰ ਚਾਹ ਦਾ ਪੁੱਛਿਆ ਔਰ ਤੂੰ ਤਾਂ ਡਾਲਾ ਮੰਗਵਾਇਆ ਪੁਲਿਸ ਦਾ ਮੇਰੇ ਵਾਸਤੇ ਹੈ ਤੂੰ ਤਾਂ ਡਾਲਾ ਮੰਗਵਾਇਆ ਮੇਰੇ ਵਾਸਤੇ ਤੂੰ ਤੈਨੂੰ ਮੈਂ ਦੱਸਦਾ ਮੈਨੂੰ ਸਾਰਾ ਪਤਾ ਉਹ ਚੋਰੀ ਸਾਹਿਬ ਬਕਵਾਸ ਕਰਦਾ ਤੂੰ ਵਾ ਦਰਾਰੇ ਖਾਨ ਸਾਹਿਬ ਮੈਂ ਇਹਨੂੰ ਫੈਸਲਾ ਬਾਅਦ ਮੰਗਵਾਇਆ ਚੋਰੀ ਸਾਹਿਬ ਇਹ ਮੈਨੂੰ ਚੰਡਾ ਮਾਰਨੇ ਨੇ ਕਿਸਨ ਮਾਰ ਰਹੇ ਨੇ ਇਹ ਤੁਹਾਡੀ ਇਹ ਜੁਰਤ ਤੇ ਤੁਹਾਨੂੰ ਪਤਾ ਨਹੀਂ ਖਾਨ ਸਾਹਿਬ ਨੂੰ ਮੈਂ ਬੁਲਾਇਆ ਉਹ ਚੋਰੀ ਸਾਹਿਬ ਮੈਂ ਤਾਂ ਚਾਹ ਦਾ ਮੈਂ ਕਿਹਾ ਲੱਸੀ ਪੀਣੀ ਚਾਹ ਲੱਸੀ ਪੀਣੀ ਆ ਆ ਲੱਸੀ ਇੰਜ ਬੁਲਾਈ ਦੀ ਆ ਮੁੰਡਿਆਂ ਨੂੰ ਬੁਲਾ ਤੇ ਖਾਨ ਸਾਹਿਬ ਵਾਸਤੇ ਖਾਣਾ ਛਾਣੇ ਦੇ ਨਹੀਂ ਚੋਰੀ ਮੈਨੂੰ ਮੱਝ ਤੇ ਕੱਟਾ ਦੇ ਦੇ ਮੈਂ ਜਾਣਾ ਮੈਂ ਰਹਿਣਾ ਨਹੀਂ ਹੈ ਮੈਂ ਚੋਰੀ ਨਹੀਂ ਚੋਰੀ ਤੇਰਾ ਕੋਈ ਪਤਾ ਨਹੀਂ ਹੈਗਾ ਖਾਨ ਸਾਹਿਬ ਮੈਂ ਤੂੰ ਇੰਨੀ ਗੱਲ ਕਰਕੇ ਫੇਰ ਡਿੱਗ ਪਵੇਂ ਖਾਨ ਸਾਹਿਬ ਨੂੰ ਕੁਝ ਖਵਾਇਆ ਪਿਆ ਮੈਂ ਖਾਣੇ ਦਾ ਇੰਤਜ਼ਾਮ ਕੀਤਾ ਖਾਣੇ ਦਾ ਨਹੀਂ ਕੀਤਾ ਇਹਨਾਂ ਨੇ ਥਾਣੇ ਦਾ ਇੰਤਜ਼ਾਮ ਕੀਤਾ ਸੀ ਜੀ ਆ ਤੁਸੀਂ ਨਾ ਉੱਠਦੇ ਮੈਂ ਥਾਣੇ ਸੀ ਉਹ ਡਾਲਾ ਲੈਣ ਇੰਜ ਗਏ ਆ ਜਿਵੇਂ ਲੱਸੀ ਲੈਣ ਗਏ ਹੁੰਦੇ ਐਡੇ ਦੌੜ ਕੇ ਡਾਲਾ ਲੈਣ ਗਏ ਪੁਲਿਸ ਦਾ ਚੋਰੀ ਸਾਹਿਬ ਤੁਸੀਂ ਕੀ ਹੋ ਗਈ ਗਿਆ ਜੀ ਤੁਹਾਨੂੰ ਮੈਂ 2-4 ਦਿਨ ਜਗਰਾਤਾ ਸੀ ਤੇ ਮੈਂ ਜਰਾ ਨਾ ਲੰਮੀ ਨੀਂਦ ਚ ਸੌ ਗਿਆ ਸੀਗਾ ਚੰਗੀ ਲੰਮੀ ਨੀਂਦ ਤੂੰ ਤਾਂ ਜਾ ਸਾਦਕਾ ਬਾਅਦ ਨਿਕਲੇ ਹੁਣ ਐਡੀ ਲੰਮੀ ਨੀਂਦ ਆ ਤੁਸੀਂ ਹੋਰ 2 ਮਿੰਟ ਨਾ ਸੌਂਦੇ ਤੇ ਮੈਨੂੰ ਡਾਲੇ 'ਚ ਆ ਜਿਹੜਾ ਇਹਦਾ ਕੈਸਾ ਇਹਦਾ ਮੂੰਹ ਆ ਤੇ ਇੱਕ ਮਾਹੌਲ ਗੇੜ ਬਦਲੇ ਲੈਣੇ ਆ ਫਿਰ ਸਰ ਮੈਂ ਕਹਾਂ ਲੱਸੀ ਪੀ ਲਓ ਮੈਂ ਚੋਰੀ ਸਾਹਿਬ ਕੁਛ ਨਹੀਂ ਖਾਣਾ ਪੀਣਾ ਮੈਨੂੰ ਮੱਝ ਤੇ ਕੱਟਾ ਜਿਹੜਾ ਨਾ ਉਹ ਦੇ ਦਿਓ ਮੈਂ ਲੈ ਕੇ ਚਲੇ ਜਾਵਾਂ ਹੈ ਚੋਰੀ ਨਾ ਦੇ ਕੁਛ ਚੋਰੀ ਨਾ ਦੇ ਮੈਂ ਚੱਲਾ ਆ ਕੁਛ ਖਾਨ ਸਾਹਿਬ ਕੱਟਾ ਲੈ ਜਾਓ ਨਹੀਂ ਨਹੀਂ ਰਹਿਣ ਦੇ ਮੱਝ ਵੀ ਲੈ ਜਾਓ ਰਹਿਣ ਦੋ ਚੋਰੀ ਸਾਹਿਬ ਕਹਿਣ ਡਏ ਤਨ ਉਹ ਦਰਾਰੇ ਖਾਂ ਨਹੀਂ ਚੋਰੀ ਮੈਂ ਜਾਣਾ ਘਰ ਯਾਰ ਚੋਰੀ ਸਾਹਿਬ ਬੁਲਾ ਰਹੇ ਤੇਰਾ ਹਾਂ ਇਹਨਾਂ ਮੁੰਡਿਆਂ ਨੂੰ ਪਤਾ ਨਹੀਂ ਸੀਗਾ ਉਹ ਮੇਰੀ ਅੱਖ ਲੱਗ ਗਈ ਸੀਗੀ ਅੱਖ ਤੁਹਾਡੀ ਚੰਗੀ ਲੱਗੀ ਹੈ ਚੋਰੀ ਤੂੰ ਤੇ ਲੰਮੀ ਅੱਖ ਇੰਨੀ ਲਾਤੀ ਵੀ ਜਾ ਸਰਕਾ ਬਾਹਰ ਨਿਕਲਿਆ ਉਹ ਚੋਰੀ ਸਾਹਿਬ ਮੈਨੂੰ ਨਹੀਂ ਸੀ ਪਤਾ ਤੁਹਾਡੇ ਪਰੌਣੇ ਆ ਮੈਂ ਹੀ ਸਮਝ ਰਿਹਾ ਤੁਹਾਡਾ ਕੋ ਕਾਤਲ ਫਿਰ ਰਿਹਾ ਵਾ ਤੇ ਮੈਂ ਵੇਖਿਆ ਨਹੀਂ ਅੱਜ ਤੱਕ ਇਹਨਾਂ ਨੂੰ ਇੱਥੇ ਘਰ ਜਾ ਅੱਛਾ ਜੀ ਤੇ ਖਾਨ ਸਾਹਿਬ ਵਾਸਤੇ ਅੱਛਾ ਜਿਹਾ ਖਾਣਾ ਬਣਵਾ ਕੇ ਲਿਆ ਹੈ ਚੋਰੀ ਸਾਹਿਬ ਮੈਂ ਖਾਨ ਸਾਹਿਬ ਲਈ ਫਿਰ ਦੇਸੀ ਮੁਰਗਾ ਲਿਆਉਣਾ ਦੇਸੀ ਘਿਓ 'ਚ ਭੁੰਨ ਕੇ ਹੈ ਤੇ ਉਹਨਾਂ ਜਿਕਰ ਤੁਸੀਂ ਇਹਨਾਂ ਨੂੰ ਕੱਟਾ ਤੇ ਮੱਝ ਦਿਓ ਤੇ ਮੈਂ ਆਇਆ ਕੱਟਾ ਤੇ ਮੱਝ ਚੋਰੀ ਸਾਹਿਬ ਉਹ ਨਾ ਦੇ ਭਾਈ ਓਏ ਆ ਚੋਰੀ ਨੂੰ ਫੜ
मैं लानत भेजदा इसे चौधरी से, मैं लानत भेजदा तेरे कट्टे ते भी ते नाले तेते भी। जो मझ देने का टाइम आता उदो नाल ही तू डांस करना पैंदा है छोटे मूँह तेरे कट्टा देने। मैनू नहीं चाहिए ना तेरी मझ चाहिए ना तेरा कट्टा चाहिए। हाँ संभाल भाई अपना चौधरी।